ਵੱਡਾ ਸਮਗਲਰ ਆ। ਆ ਨਾਲੇ ਇਹਨਾਂ ਦੇ ਤਿੰਨੇ ਗੱਡੇ ਥਾਣੇ ਲਾਓ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਲਾਇਆ ਗੇੜਾ? ਹਾਂਜੀ, ਗੇੜਾ ਤਾਂ ਲਾਇਆ, ਔਖਾ ਸੌਖਾ, ਪਰ ਦੋ ਟਾਇਰ ਪਾੜ ਗਏ ਟਰਾਲੇ ਦੇ। ਉਹ ਸਾਲਾ, ਮੈਨੂੰ ਤੇਰਾ ਪਤਾ ਹੀ ਸੀ, ਤੂੰ ਨੁਕਸਾਨ ਦਾ ਘਰ ਆ, ਕਰਿਆ ਸਾਲਾ ਨੁਕਸਾਨ। ਮੈਂ ਤੁਹਾਨੂੰ ਕਹਿੰਦਾ ਸੀ ਟਾਇਰ ਜਮਾਂ ਸਾਫ਼ ਹੋ ਗਏ, ਨਵੇਂ ਪਵਾ ਦਿਓ, ਪਰ ਤੁਸੀਂ ਮੇਰੀ ਗੱਲ 'ਤੇ ਗੌਰ ਹੀ ਨਹੀਂ ਕਰੀ। ਸਾਹਿਬ ਬਕਵਾਸ ਨਾ ਕਰ, ਹਲੋ ਡਰਾਈਵਰੀ ਤੁਹਾਨੂੰ ਆਪ ਨਹੀਂ ਆਉਂਦੀ ਹੈਗੀ, ਗਰਮ ਕਰ ਲਏ ਹੋਣਗੇ ਟਾਇਰ। ਇੱਕ ਤੇਰੇ ਵਰਗਾ ਪਹਿਲਾਂ ਹੁੰਦਾ ਸੀ, ਉਹਨੂੰ ਵੀ ਨਹੀਂ ਡਰਾਈਵਰੀ ਆਉਂਦੀ ਸੀ, ਫਿਰ ਕੱਢਤਾ ਸੀ ਉਹਨੂੰ ਬਾਹਰ। ਮੈਨੂੰ ਲੱਗਦਾ ਤੇਰਾ ਵੀ ਇੱਦਾਂ ਹੀ ਕਰਨਾ ਪਊਗਾ। 6 ਟਰੱਕ ਸੀ ਖੁਦ ਦੇ, ਜਿਨ੍ਹਾਂ ਵਿੱਚੋਂ 4 ਰਹਿ ਗਏ, ਇੱਕ ਦੀ ਹੋਰ ਤਿਆਰੀ ਆ। ਆਹ ਕੰਮ ਉੱਪਰ ਨੂੰ ਦਾ ਕੀ ਜਾਣਾ, ਦਿਨ ਪਰ ਦਿਨ ਥੱਲੇ ਹੀ ਆਈ ਜਾਂਦਾ। ਗਲਤੀ ਹੋ ਗਈ ਜੀ, ਅੱਗੇ ਤੋਂ ਧਿਆਨ ਰੱਖੂ, ਪਰ ਤੁਸੀਂ ਮੈਨੂੰ ਕੰਮ ਤੋਂ ਨਾ ਕੱਢੋ, ਘਰ ਦੇ ਬਹੁਤ ਖਰਚ ਨੇ ਜੋ ਇੱਧਰੋਂ ਪੂਰੇ ਕਰਨੇ ਪੈਂਦੇ ਨੇ। ਚੱਲ ਦਫਾ ਹੋ ਜਾ ਇੱਥੋਂ। ਹੁਣ ਇਹਦੇ ਖਾਤੇ 'ਚ ਹੀ ਪਾਉਣਾ ਪਊਗਾ ਕੁਛ ਖਰਚਾ ਟਾਇਰਾਂ ਦਾ, ਗਲਤੀ ਇਹਦੀ ਇਹ ਆ। ਬਾਈ ਤੁਸੀਂ ਵੀ ਘੱਟ ਨਹੀਂ, ਸਾਰੀ ਪੈਸੇ ਵਸੂਲ ਕਰ ਲੈਂਦੇ ਹੋ। ਉਹ ਹੋਰ ਬਾਈ, ਕਰਨਾ ਹੀ ਪੈਂਦਾ, ਇਹਨਾਂ ਡਰਾਈਵਰਾਂ ਨੂੰ ਬਹੁਤਾ ਚਮਲਾਉਣਾ ਨਹੀਂ ਚਾਹੀਦਾ, ਇਹਨਾਂ ਨੂੰ ਤਾਂ ਜੁੱਤੀ ਥੱਲੇ ਰੱਖਣਾ ਚਾਹੀਦਾ। ਉਹ ਤਾਂ ਠੀਕ ਆ, ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਵੀ ਕਿਹਦੇ ਵਰਗਾ ਹੋਰ ਫਾਇਰ ਕਰਤਾ, ਉਹ ਕੌਣ ਸੀ ਭਰਾ? ਉਹ ਹੈਗਾ ਸੀ ਕਿ ਢੀਡ 'ਤੇ ਅਣਖੀ ਸਾਲਾ, ਪਹਿਲਾਂ ਮੇਰੇ ਕੋਲ ਜੋਬ ਕਰਦਾ ਸੀ, ਉਹਨੇ ਜ਼ਮੀਨ ਵੇਚ ਕੇ ਟਰਾਲਾ ਪਾ ਲਿਆ। ਮੈਂ ਉਹਨੂੰ ਕਿਹਾ ਸੀ ਕਿ ਜ਼ਮੀਨ ਦੇ ਸਿਰੋਂ ਟਰਾਲਾ ਤਾਂ ਲਿੱਤਾ ਜਾਊ, ਪਰ ਟਰਾਲਿਆਂ ਦੇ ਸਿਰ 'ਤੇ ਜ਼ਮੀਨ ਨਹੀਂ ਬਣਾਈ ਜਾ ਸਕਦੀ। ਕੀ ਨਾਮ ਸੀ ਉਸਦਾ ਅਤੇ ਅੱਜ ਕੱਲ੍ਹ ਕਿੱਥੇ ਰਹਿੰਦਾ? ਨਾਮ ਉਸਦਾ ਜੱਗੀ ਸੀ, ਨਾਲੇ 5 ਸਾਲ ਹੋ ਗਏ ਯਾਰ ਇਹਨਾਂ ਗੱਲਾਂ ਨੂੰ, ਹੁਣ ਆਪਾਂ ਨੂੰ ਕੀ ਪਤਾ ਕਿੱਥੇ ਆ, ਐਵੇਂ ਰੁਲਦਾ ਹੋਊਗਾ ਸੜਕਾਂ 'ਤੇ, ਹੋਰ ਉਹਨੇ ਕਿੱਥੇ ਜਾਣਾ। ਸਤਿ ਸ਼੍ਰੀ ਅਕਾਲ ਜੱਗੀ ਵੀਰੇ। ਸਤਿ ਸ਼੍ਰੀ ਅਕਾਲ ਤਾਰੀ, ਹੋਰ ਕਿੱਦਾਂ ਘਰੇ ਸਭ? ਸਭ ਠੀਕ ਨੇ? ਬਾਪੂ ਕਿਵੇਂ ਆ ਸੱਚ ਤੇਰਾ? ਬਾਪੂ ਤਾਂ ਵੀਰੇ ਬਹੁਤ ਸੀਰੀਅਸ ਆ, ਡਾਇਲਸਿਸ ਹੁੰਦੇ ਨੇ ਡੇਲੀ ਬਾਪੂ ਦੇ, ਬਹੁਤ ਜ਼ਿਆਦਾ ਖਰਚ ਹੋ ਗਿਆ। ਜੱਗੀ ਵੀਰੇ ਜੇ 1 ਲੱਖ ਰੁਪਏ ਦੀ ਮਦਦ ਕਰ ਦਿੰਦੇ, ਮੈਂ ਤਾਂ ਤੁਹਾਡੇ ਕੋਲ ਹੀ ਡਰਾਈਵਰੀ ਕਰਨੀ ਆ, ਚਾਹੇ ਇਸ ਸਾਲ ਮੈਨੂੰ ਤਨਖਾਹ 'ਚ 1 ਰੁਪਈਆ ਨਾ ਦਿਓ, ਪੈਸਿਆਂ ਦੀ ਬਹੁਤ ਲੋੜ ਆ ਵੀਰੇ। ਉਹ ਨਾ ਤਾਰੀ, ਇਹੋ ਜਿਹੀਆਂ ਗੱਲਾਂ ਨਾ ਕਰ, ਮੈਂ ਵੀ ਤੇਰੇ ਵਾਂਗੂ ਇੱਕ ਦਿਨ ਡਰਾਈਵਰ ਹੀ ਸੀਗਾ, ਅਤੇ ਮੈਨੂੰ ਪਤਾ ਡਰਾਈਵਰਾਂ ਦੇ ਹਾਲਾਤ, ਕਈ ਵਾਰ ਘਰ ਦੇ ਹਾਲਾਤ ਆਪਣੇ ਸਹੀ ਨਹੀਂ ਹੁੰਦੇ ਅਤੇ ਆਪਾਂ ਨੂੰ ਬਹੁਤ ਅੱਗੇ ਝੁਕਣਾ ਪੈਂਦਾ, ਪਰ ਤੈਨੂੰ ਸਾਡੇ ਅੱਗੇ ਝੁਕਣ ਦੀ ਲੋੜ ਨਹੀਂ ਹੈਗੀ, ਟੈਨਸ਼ਨ ਨਾ ਲੈ, ਮੈਂ ਕਰਦਾ ਤੇਰਾ ਹੱਲ। ਹਰਜੀਤ ਕਿੱਥੇ ਆ? ਉਹ ਆ ਗਿਆ ਬਈ, ਹਰਜੀਤ ਬਾਈ। ਹਾਂਜੀ ਬਾਈ। ਹਰਜੀਤ, ਤਾਰੀ ਦੇ ਘਰੇ ਨਾ ਬਹੁਤ ਪ੍ਰੋਬਲਮ ਚੱਲ ਰਹੀਆਂ ਨੇ, ਤੈਨੂੰ ਪੈਸਿਆਂ ਦੀ ਲੋੜ ਆ। ਇਹਦੇ ਬਾਪੂ ਨੂੰ ਕੈਂਸਰ ਆ ਅਤੇ ਉਸੇ ਦਾ ਟ੍ਰੀਟਮੈਂਟ ਕਰਵਾ ਰਿਹਾ ਸੀ, ਆਪਣਾ ਬਹੁਤ ਖਾਸ ਆ, ਇਹਨੂੰ 1.5 ਲੱਖ ਰੁਪਇਆ ਲਿਆ ਕੇ ਦੇ ਅੰਦਰੋਂ। ਉਹ ਕੋਈ ਨਾ ਬਾਈ ਤਾਰੀ, ਕਿਉਂ ਫਿਕਰ ਕਰਦਾ, ਅਸੀਂ ਤੇਰੇ ਨਾਲ ਖੜੇ ਹਾਂ ਬਾਈ, ਜੇ ਕੋਈ ਹੋਰ ਵੀ ਲੋੜ ਹੋਈ ਸਾਨੂੰ ਜਦ ਮਰਜ਼ੀ ਦੱਸ ਦੀ, ਠੀਕ ਆ? ਮੈਂ ਲੈ ਕੇ ਆਉਂਦਾ ਪੈਸੇ, ਉਹ ਵੀ ਖੜੋ। ਹੈਲੋ ਬਾਈ, ਆ ਲੈ ਤਾਰੀ ਰੱਖ ਪੈਸੇ, ਨਾਲੇ ਜੇ ਹੋਰ ਵੀ ਲੋੜ ਹੋਈ ਨਾ ਤਾਂ ਦੱਸ ਦੀ, ਨਾਲੇ ਹੁਣ ਇੱਧਰ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੈਨੂੰ, ਤੂੰ ਪਹਿਲਾਂ ਆਪਣੇ ਬਾਪੂ ਦਾ ਇਲਾਜ ਕਰਵਾ, ਫਿਰ ਆਈ ਕੰਮ 'ਤੇ, ਠੀਕ ਆ? ਤੁਹਾਡਾ ਬਹੁਤ ਧੰਨਵਾਦ ਵੀਰੇ, ਪਰਮਾਤਮਾ ਤੁਹਾਡੇ ਕੰਮ ਨੂੰ ਇੱਦਾਂ ਹੀ ਭਾਗ ਲਾਉਂਦਾ ਰਹੇ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੇਰੇ ਤੱਕ ਕੋਈ ਵੀ ਲੋੜ ਹੋਈ ਵੀਰੇ, ਕਦ ਮਰਜ਼ੀ ਮੈਨੂੰ ਹੱਕ ਮਾਰ ਲਿਓ। ਕੋਈ ਚੱਕਰ ਨਹੀਂ, ਚੱਲੀ ਅਰਜੀ ਤਾਂ। ਹਾਂ ਬਾਈ, ਜ਼ਰੂਰ।
ਕੀ ਹਾਲ ਆ ਤਾਰੀ? ਕੀ ਹਾਲ ਆ ਵੀਰੇ? ਵਧੀਆ ਵੀਰੇ, ਵਧੀਆ, ਤੂੰ ਦੱਸ? ਹੋਰ ਠੀਕ ਹੋ? ਹਾਂ ਹਾਂ, ਦੋ ਕੱਪ ਚਾਹ ਭੇਜੀ ਵੀਰੇ, ਆ ਬੈਨੇ। ਤਾਰੀ ਬਾਈ, ਬਾਪੂ ਠੀਕ ਆ ਹੁਣ? ਹਾਂ ਬਾਈ, ਹੁਣ ਤਾਂ ਠੀਕ ਆ ਬਾਪੂ, ਜਿਉਂ ਦੇ ਰਹਿਣ ਜੱਗੀ ਬਾਈ ਹੋਰੀ, ਜਿਨ੍ਹਾਂ ਨੇ ਮੇਰਾ ਔਖੇ ਸਮੇਂ 'ਚ ਇੰਨਾ ਸਾਥ ਦਿੱਤਾ। ਬਾਪੂ ਦਾ ਸਾਰਾ ਇਲਾਜ ਜੱਗੀ ਬਾਈ ਨੇ ਕਰਾਇਆ। ਜੱਗੀ ਕੌਣ? ਮਾਲਕਾ ਤੇਰਾ, ਜਿੱਥੇ ਤੂੰ ਲੱਗਿਆ ਹੋਇਆ? ਹਾਂ ਬਾਈ, ਵੀਰੇ ਹੋਰਾਂ ਨੇ ਬਹੁਤ ਮਾੜਾ ਟਾਈਮ ਦੇਖਿਆ ਹੋਇਆ, ਤਾਂ ਹੀ ਮੇਰੇ ਵਰਗੇ ਬੰਦੇ ਦਾ ਦਰਦ ਸਮਝਦੇ ਨੇ। ਅੱਛਾ ਬਾਈ, ਚੱਲ ਵਧੀਆ, ਤੇਰਾ ਕੰਮ ਦਾ ਸੈੱਟ ਆ। ਇੱਧਰ ਜਿੱਥੇ ਮੈਂ ਲੱਗਿਆ ਹੋਇਆ, ਮੇਰੇ ਸਲ ਦਾ ਮੱਚੇ ਹੀ ਰਹਿੰਦਾ ਸਾਰਾ ਦਿਨ। ਜੇ ਕੋਈ ਨੁਕਸਾਨ ਹੋ ਜਾਂਦਾ ਮੈਨੂੰ ਕਹਿਣ ਲਾ ਜਾਂਦਾ, ਤੇਰੀ ਉਹ ਗਲਤੀ ਆ, ਤੇਰੀ ਵਜ੍ਹਾ ਨਾਲੇ ਹੁੰਦਾ ਨੁਕਸਾਨ, ਤਨਖਾਹ 'ਚੋਂ ਪੈਸੇ ਕੱਟ ਲੈਂਦਾ। ਸਾਲਾ, ਕੰਮ ਤਾਂ ਬੰਦੇ ਦਾ ਆਪਣਾ ਹੀ ਹੋਣਾ ਚਾਹੀਦਾ, ਕਿਸੇ ਮਾੜੇ ਬੰਦੇ ਥੱਲੇ ਕੰਮ ਕਰਨਾ ਵੀ ਸਾਲਾ ਔਖਾ ਹੀ ਆ। ਹਾਂ ਬਾਈ, ਇਹ ਤਾਂ ਹੈ, ਪਰ ਜੇ ਮਾਲਕ ਵਧੀਆ ਮਿਲ ਜੇ ਨਾ, ਤਾਂ ਉਸ ਲਈ ਕੰਮ ਕਰਨ ਦਾ ਬਹੁਤ ਸਵਾਦ ਆ, ਸਾਰਾ ਦਿਨ ਖੁਸ਼ ਰਹੀਦਾ। ਕੋਈ ਗੱਲ ਨਹੀਂ, ਜੇ ਤੇਰਾ ਉੱਧਰ ਨਾ ਲੋਟ ਆਇਆ ਨਾ, ਤਾਂ ਤੂੰ ਦੱਸ ਦੀ, ਮੈਂ ਕਰਾ ਦੂੰਗਾ ਤੇਰੀ ਜੱਗੀ ਵੀਰੇ ਨਾਲ ਗੱਲ। ਨਾ ਬਾਈ, ਹਜੇ ਤਾਂ ਨਹੀਂ ਛੱਡ ਸਕਦਾ ਕੰਮ, ਪੈਸੇ ਸਿਰ ਨੇ ਮੇਰੇ, ਹਜੇ ਤਾਂ ਐਵੇਂ ਟਾਈਮ ਲੰਘਾਉਣਾ ਪਊ। ਜੇ ਜ਼ਿਆਦਾ ਟਾਈਮ ਖਰਾਬ ਹੋਇਆ ਫਿਰ ਕਰੂੰ ਤੇਰੇ ਨਾਲ ਗੱਲ ਬਾਈ। ਚੱਲ ਠੀਕ ਆ, ਚੱਲ ਚਾਹ ਚੱਕ ਲਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵੀਡੀਓ ਅਜੇ ਖਤਮ ਨਹੀਂ ਹੋਈ, ਬਾਕੀ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਧੀਆ ਐਪਲੀਕੇਸ਼ਨ ਦੇ ਨਾਲ ਇੰਟਰੋਡਿਊਸ ਕਰਵਾਉਣਾ ਸੀਗਾ, ਜਿਸਦਾ ਨਾਮ ਆ ਕੁਆਇਨ DCX। ਅੱਜ ਕੱਲ੍ਹ ਆਪਾਂ ਸੇਵਿੰਗਸ ਤਾਂ ਕਰ ਲੈਂਦੇ ਹਾਂ ਸਾਰੇ, ਪਰ ਆਪਣੇ ਕੋਲ ਇੱਕ ਵਧੀਆ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਹੁੰਦੀ, ਜਿਸ ਕਰਕੇ ਆਪਾਂ ਨੂੰ ਮੰਥ ਦੇ ਐਂਡ 'ਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਆ। ਕ੍ਰਿਪਟੋ ਕਰੰਸੀ ਦੇ ਬਾਰੇ ਤਾਂ ਤੁਸੀਂ ਸਭ ਨੇ ਸੁਣਿਆ ਹੀ ਹੋਊਗਾ, ਹੁਣ ਉਸ 'ਚ ਇਨਵੈਸਟਮੈਂਟ ਵੀ ਕਰੋ। ਇਨਵੈਸਟਮੈਂਟ ਦਾ ਸਭ ਤੋਂ ਵਧੀਆ ਤਰੀਕਾ ਇਹ, ਅਤੇ ਤੁਹਾਨੂੰ ਦੱਸ ਦਈਏ, ਬਾਇੰਗ, ਸੈਲਿੰਗ ਐਂਡ ਹੋਲਡਿੰਗ ਆ ਕ੍ਰਿਪਟੋ ਕਰੰਸੀ ਬਿਲਕੁਲ ਲੀਗਲ ਆ ਇੰਡੀਆ ਦੇ ਵਿੱਚ। ਕੁਆਇਨ DCX 'ਚ ਬਿਲਕੁਲ ਸੇਫ, ਇਨ ਬਿਲਟ ਸਕਿਉਰਿਟੀ ਫੀਚਰਸ ਨੇ, ਜਿਵੇਂ 2FA, ਵਿਦਡਰਾਲ ਪਾਸਵਰਡ। ਕੁਆਇਨ DCX ਇੰਡੀਆ ਦੀ ਸਭ ਤੋਂ ਟਰੱਸਟਵਰਥੀ ਕ੍ਰਿਪਟੋ ਐਪ ਆ, ਅਤੇ ISO ਸਰਟੀਫਾਈਡ ਕੰਪਨੀ ਹੈ ਇਹ। ਇਸ 'ਚ ਸਿਰਫ ਕੁਆਲਿਟੀ ਚੈੱਕ ਕੀਤੇ ਹੀ ਕ੍ਰਿਪਟੋਜ਼ ਨੇ, ਬਿਲਕੁਲ ਸੇਫ ਨੇ, ਈਜ਼ੀ ਟੂ ਯੂਜ਼ ਨੇ, ਤੁਹਾਡਾ ਸਾਰਾ ਪੈਸਾ ਵੀ ਇਸ 'ਤੇ ਬਿਲਕੁਲ ਸੇਫ ਆ, ਕਿਉਂਕਿ ਤੁਹਾਡੇ ਫੰਡਸ ਵੀ ਇਨਸ਼ੋਰਡ ਨੇ ਇਸ ਦੇ ਉੱਤੇ। ਹੁਣੇ ਡਾਊਨਲੋਡ ਕਰੋ ਇਸ ਐਪ ਨੂੰ, ਇਸ ਦੇ ਉੱਤੇ ਸਾਈਨਅਪ ਕਰੋ, ਆਪਣਾ ਬੈਂਕ ਅਕਾਊਂਟ ਅਤੇ KYC ਲਿੰਕ ਕਰੋ ਇਸ ਦੇ ਨਾਲ। ਮਿਨੀਮਮ ਡਿਪੋਜ਼ਿਟ ਵੀ ਇਸ 'ਚ 100 ਰੁਪਈਆ ਹੀ ਆ ਬਸ, ਅਤੇ ਤੁਸੀਂ ਸਿਰਫ 10 ਰੁਪਏ ਦੇ ਨਾਲ ਇਸ 'ਚ ਕ੍ਰਿਪਟੋ ਖਰੀਦ ਸਕਦੇ ਹੋ। ਸਭ ਤੋਂ ਜ਼ਰੂਰੀ ਗੱਲ, ਕੁਆਇਨ DCX 'ਤੇ ਆਪਾਂ ਐਨੀ ਟਾਈਮ ਇੰਸਟੈਂਟਲੀ ਆਪਣੇ ਫੰਡਸ ਵਿਦਡਰਾਅ ਵੀ ਕਰ ਸਕਦੇ ਹਾਂ ਅਤੇ ਡਿਪੋਜ਼ਿਟ ਵੀ ਕਰ ਸਕਦੇ ਹਾਂ। ਮੇਰਾ ਕੋਡ JAGGY100 ਯੂਜ਼ ਕਰੋਗੇ ਤਾਂ ਤੁਹਾਨੂੰ 100 ਰੁਪਏ ਦੇ ਬਿਟਕੋਇਨ ਵੀ ਮਿਲਣਗੇ, ਅਤੇ ਇਹੀ ਨਹੀਂ ਕਿ ਐਕਸਕਲੂਸਿਵ ਆਫਰ ਵੀ ਚੱਲ ਰਿਹਾ ਇਸ 'ਤੇ, ਜਿੱਥੇ ਤੁਹਾਨੂੰ ਹਰ ਦਿਨ 1 ਲੱਖ ਰੁਪਏ ਦੇ ਬਿਟਕੋਇਨ ਜਿੱਤਣ ਦਾ ਮੌਕਾ ਮਿਲੂਗਾ। ਜਲਦੀ ਕਰੋ, ਇਹ ਆਫਰ ਸਿਰਫ 28 ਨਵੰਬਰ ਤੱਕ ਹੀ ਵੈਲਿਡ ਆ, ਅਤੇ ਇਹਨਾਂ ਦਾ ਇੱਕ ਫ੍ਰੀ ਲਰਨਿੰਗ ਪਲੈਟਫਾਰਮ ਵੀ ਆ DCX ਲਰਨ ਦੇ ਨਾਮ ਤੋਂ, ਜਿੱਥੇ ਜਾ ਕੇ ਕ੍ਰਿਪਟੋ ਅਤੇ ਬਲੌਕ ਚੈਨ ਦੇ ਬਾਰੇ ਤੁਸੀਂ ਆਪਣੇ ਆਪ ਨੂੰ ਵਧੀਆ ਐਜੂਕੇਟ ਕਰ ਸਕਦੇ ਹੋ। ਕੁਆਇਨ DCX ਬਹੁਤ ਵਧੀਆ ਐਪ ਆ, ਇਸ ਨੂੰ ਤੁਸੀਂ ਹੁਣੇ ਇੰਸਟਾਲ ਕਰੋ ਅਤੇ ਇਸ 'ਚ ਇਨਵੈਸਟਮੈਂਟ ਜ਼ਰੂਰ ਕਰੋ, ਕਿਉਂਕਿ ਇਹ ਫਿਊਚਰ ਆ। ਸੋ ਹੁਣ ਵੀਡੀਓ ਨੂੰ ਵੀ ਇੰਜੋਏ ਕਰੋ, ਕਿਉਂਕਿ ਇਸ 'ਚ ਮੇਰਾ ਬਹੁਤ ਫਿਊਚਰ ਆ। ਇੰਜੋਏ ਕਰੋ ਵੀਡੀਓ ਨੂੰ। ਦੇਖ ਲਾ ਹਰਜੀਤ, ਸਾਲੇ ਉਹ ਵੀ ਦਿਨ ਸੀ ਜਦੋਂ ਆਪਾਂ ਨੇ ਇਕੱਠਿਆਂ ਨੇ ਕਦੇ ਗੁਜਰਾਤ ਦੇ ਕਦੇ ਰਾਜਸਥਾਨ ਦੇ ਪਤਾ ਨਹੀਂ ਕਿੰਨੇ ਕੁ ਗੇੜੇ ਲਾਇਆ। ਰਾਸਤੇ 'ਚ ਟਾਇਰ ਪਾਟ ਜਾਣੇ ਗੱਡੀ ਦੇ, ਫਿਰ ਗਰਮੀ 'ਚ ਟਾਇਰ ਬਦਲਣੇ, ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇ ਬਚਣਾ। ਬਹੁਤ ਵਧੀਆ ਦਿਨ ਸੀ ਬਾਈ, ਬਹੁਤ ਮਿਹਨਤ ਕੀਤੀ ਆ। ਸਹੀ ਗੱਲ ਆ ਬਾਈ ਤੇਰੀ, ਬਾਈ ਆਪਾਂ ਤਾਂ ਬਹੁਤ ਮਾੜਾ ਟਾਈਮ ਦੇਖਿਆ, ਪਰ ਬਾਈ ਹੁਣ ਤੱਕ ਜੋ ਵੀ ਆਪਾਂ ਨੇ ਹਾਸਿਲ ਕੀਤਾ ਨਾ, ਤੇਰੇ ਹੌਸਲੇ ਅਤੇ ਇੱਕ ਤੇਰੀ ਜਿੱਦ ਕਰਕੇ ਕੀਤਾ। ਬਾਈ 5 ਸਾਲਾਂ ਵਿੱਚ 5 ਟਰਾਲੇ ਆਪਣੇ ਘਰ ਦੇ, ਅਤੇ ਉੱਪਰੋਂ ਬਾਈ ਆਪਾਂ ਨੇ ਕੋਠੀ ਵੀ ਪਾ ਲਈ, ਬਾਈ ਤੂੰ ਵਿਆਹ ਵੀ ਕਰਾ ਲਿਆ, ਸਾਰਾ ਕੁਛ ਪਰਮਾਤਮਾ ਨੇ ਬਾਈ ਵਧੀਆ ਕਰਤਾ। ਪਰ ਅਜੇ ਵੀ ਕੁਛ ਪੈਂਡਿੰਗ ਆ ਬਾਈ। ਹੁਣ ਕੀ ਪੈਂਡਿੰਗ ਆ ਬਾਈ? ਕਿਸੇ ਬੰਦੇ ਨੇ ਮੈਨੂੰ ਜ਼ਮੀਨ ਵਾਲਾ ਮਿਹਣਾ ਮਾਰਿਆ ਸੀ, ਕਿਹਾ ਸੀ ਜ਼ਮੀਨ ਵੇਚ ਕੇ ਟਰਾਲੇ ਤਾਂ ਪੈ ਜਾਂਦੇ ਆ, ਪਰ ਟਰਾਲਿਆਂ ਨਾਲ ਕਦੇ ਜ਼ਮੀਨ ਨਹੀਂ ਬਣਦੀ, ਬਣਾਉਣ ਨੂੰ ਤਾਂ ਕਦੋਂ ਦੇ ਬਣਾ ਲੈਂਦੇ ਜ਼ਮੀਨ। ਪਰ ਪਹਿਲਾਂ ਇਸ ਕੰਮ 'ਚ ਪੈਰ ਜਮਾਉਣੇ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਆਪਣੇ ਲਈ, ਇਸ ਕੰਮ 'ਚ ਪੈਸਾ ਇਨਵੈਸਟ ਕਰਨਾ ਜ਼ਿਆਦਾ ਜ਼ਰੂਰੀ ਸੀ। 2 ਕਿੱਲੇ ਵੇਚ ਕੇ ਟਰਾਲਾ ਲਿਆ ਸੀ, ਹੁਣ ਇਕੱਠਾ 10 ਕਿੱਲਿਆਂ ਦਾ ਟੱਕ ਲੈਣਾ ਆਪਾਂ। ਉਹ ਬਾਈ ਕੋਈ ਨਾ, ਤੂੰ ਟੈਨਸ਼ਨ ਕਾਹਨੂੰ ਲੈ ਰਿਹਾ, ਜਦ ਆਪਾਂ ਇੰਨਾ ਕੁਛ ਕਰ ਲਿਆ ਤਾਂ ਜ਼ਮੀਨ ਵਾਲਾ ਵੀ ਆਪਾਂ ਕੰਮ ਨਿਬੇੜ ਦਾਂਗੇ। ਪਹਿਲਾਂ ਆਪਾਂ ਬਾਈ ਕੱਲ੍ਹ ਨੂੰ ਟਰਾਲੇ ਵਾਲਾ ਕੰਮ ਨਿਬੇੜ ਦਈਏ, ਸਵੇਰੇ ਜਾਣਾ ਬਾਈ ਆਪਾਂ ਨੇ 10 ਵਜੇ, ਟਾਈਮ ਦਿੱਤਾ ਹੋਇਆ ਪਾਰਟੀ ਨੂੰ। ਹਾਂ ਹਾਂ ਚੱਲਾਂਗੇ। ਹਾਂ ਵੀਰੇ, ਮੈਂ ਚੱਲਦਾ ਵੀਰੇ ਫਿਰ। ਓਕੇ ਓਕੇ। ਤੁਸੀਂ ਅੱਜ ਫੇਰ ਡਰਿੰਕ ਕਰ ਲਈ, ਕਿੰਨੀ ਵਾਰੀ ਕਿਹਾ ਇਸਨੂੰ ਛੱਡ ਦਿਓ। ਮੈਨੂੰ ਪਤਾ ਤੈਨੂੰ ਮੇਰਾ ਦਾਰੂ ਪੀਣਾ ਨਹੀਂ ਚੰਗਾ ਲੱਗਦਾ, ਪਰ ਅਜੇ ਮੇਰੇ ਸੀਨੇ 'ਚ ਕੁਛ ਦਰਦ ਨੇ ਜੋ ਮੈਨੂੰ ਇਸ ਨਾਲ ਯਾਦ ਰਹਿੰਦੇ ਆ। ਕੋਈ ਨਹੀਂ, ਜਦੋਂ ਸਹੀ ਟਾਈਮ ਆਇਆ ਨਾ, ਫਿਰ ਦਾਰੂ ਵੀ ਛੱਡ ਦੂੰਗਾ ਕੋਈ ਨਹੀਂ। ਤੁਸੀਂ ਐਵੇਂ ਇੰਨਾ ਸੋਚਦੇ ਰਹਿੰਦੇ ਹੋ, ਹੁਣ ਸਾਰਾ ਕੁਛ ਤਾਂ ਸਹੀ ਆ। ਠੀਕ ਆ ਠੀਕ ਆ ਬਾਬਾ, ਜਾ ਹੁਣ ਤੂੰ ਰੋਟੀ ਲੈ ਕੇ ਆ, ਜਾ।
ठीक। काश बापू अज तू जिंदा होना, तेनू माण होना सी तेरे पुत ते। तू अपनी अखां नाल देखदा अपने पुत की चढ़ाई, तेरे बिना यह खुशियां अधूरिया ने। जिहड़ी जमीन तेरी औखे टाइम च बेची सी ना, हुण उही खरीदनी आ तेरे पुत ने। उन्हां दरख्तां दे छावीं सोना आ जिहड़े तू अपने हत्थी ला के गया सी। ओहो तुसी ना एवें जज्बाती होंदे रहिंदे बापू की फोटो देख के। मैं हैगी तां हाँ तुहाडा दुख सुख बनाउण लई। तुसी जाओ, मैं तुहाडे लई रोटी लै के आनी। जा ले रोटी लै। ਕਿਹੜਾ ਬੰਦਾ ਆ ਜਿਹੜਾ ਸਿਰਫ 3 ਮਹੀਨੇ ਚੱਲੇ ਹੋਏ ਟਰਾਲਿਆਂ ਨੂੰ ਵੇਚ ਰਿਹਾ ਆ? ਪਤਾ ਨਹੀਂ ਬਾਈ, ਮੈਨੂੰ ਵੀ ਤਾਰੀਓ ਦੱਸਦਾ ਸੀਗਾ, ਲੋੜ ਹੋਣੀ ਵੀਰੇ ਐਮਰਜੈਂਸੀ ਉਹਨੂੰ ਪੈਸਿਆਂ ਦੀ। ਬਾਕੀ ਚੰਗਾ ਮਾੜਾ ਟਾਈਮ ਹਰੇਕ ਬੰਦੇ 'ਤੇ ਆਉਂਦਾ ਰਹਿੰਦਾ। ਇਹ ਤਾਂ ਹੈ। ਚੱਲ ਫਿਰ ਕੱਲ੍ਹ ਦਾ ਰੱਖ ਲਈਏ ਆਪਾਂ। ਹਾਂ ਵੀਰੇ ਕੱਲ੍ਹ ਦਾ ਰੱਖ ਲਓ, ਹੁਣ ਤਾਂ ਟਾਈਮ ਬਹੁਤ ਹੋ ਗਿਆ ਯਾਰ, ਲੇਟ ਹੋ ਜਾਂਗੇ ਆਪਾਂ। ਕੀ ਹੋ ਗਿਆ ਅੱਜ ਬੜੇ ਕਨਫਿਊਜ਼ ਲੱਗਦੇ ਹੋ, ਕੀ ਸੋਚੀ ਜਾ ਰਹੇ ਹੋ? ਤੈਨੂੰ ਪਤਾ ਜਦ ਮੈਂ ਆਪਣਾ ਪਹਿਲਾ ਟਰਾਲਾ ਲਿਆ ਸੀ ਤਾਂ ਮੈਨੂੰ ਆਪਣੀ ਜੱਦੀ ਜ਼ਮੀਨ ਵੇਚਣੀ ਪੈ ਗਈ ਸੀ। ਅੱਜ ਉਸ ਜ਼ਮੀਨ ਨੂੰ ਉਸਦਾ ਮਾਲਕ ਵੇਚ ਰਿਹਾ ਅਤੇ ਕੋਈ ਬਿਜ਼ਨਸਮੈਨ ਬੰਦਾ ਉਸ ਜ਼ਮੀਨ ਨੂੰ ਖਰੀਦਣ ਨੂੰ ਫਿਰਦਾ ਆ। ਮੈਂ ਸਮਝ ਗਈ, ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਤੁਸੀਂ ਜ਼ਮੀਨ ਲਓ ਜਾਂ ਟਰਾਲੇ, ਹੈ ਨਾ? ਦੇਖੋ ਮੇਰੀ ਮੰਨੋ ਨਾ, ਅਤੇ ਬੰਦੇ ਨੂੰ ਉਹੀ ਕੰਮ ਕਰਨਾ ਚਾਹੀਦਾ ਜਿਸ 'ਚ ਉਸਨੂੰ ਸਕੂਨ ਮਿਲੇ। ਆਪਾਂ ਜ਼ਮੀਨ ਖਰੀਦ ਲੈਂਦੇ, ਟਰਾਲੇ ਤਾਂ ਅਸੀਂ ਫਿਰ ਕਦੇ ਵੀ ਖਰੀਦ ਸਕਦੇ। ਨਾਲੇ ਰੱਬ ਆਪਣੀ ਪੁਰਾਣੀ ਜ਼ਮੀਨ ਖਰੀਦਣ ਦਾ ਮੌਕਾ ਹਰ ਕਿਸੇ ਨੂੰ ਨਹੀਂ ਦਿੰਦਾ। ਤੇ ਜੀ ਕੌਣ ਆ ਯਾਰ ਬੰਦਾ ਉਹ ਜੋ ਆਪਣੇ ਟਰਾਲੇ ਲੈ ਰਿਹਾ? ਵਧੀਆ ਟਰਾਂਸਪੋਰਟ ਆ ਬਾਈ ਦਾ, 5 ਸਾਲਾਂ 'ਚ ਖੁਦ ਦਾ ਟਰਾਂਸਪੋਰਟ ਖੜ੍ਹਾ ਕਰਕੇ ਰੱਖਤਾ, ਹੁਣ 5 ਟਰਾਲੇ ਖੋਦੇ ਨੇ ਅਤੇ 6 ਮੱਝ ਲੈਣਾ। ਅਤੇ ਜੀ ਕੀ ਨਾਮ ਆ ਬਾਈ ਉਹਦਾ? ਬਾਈ ਦਾ ਨਾਮ ਆ ਲੱਗਦੇ ਨੇ ਨਾਲੇ ਨਾ ਜ਼ਮੀਨ ਨਾਲ ਤਾਂ ਟਰਾਲੇ ਬਣ ਜਾਂਦੇ ਨੇ ਪਰ ਟਰਾਲੇ ਨਾਲ ਜ਼ਮੀਨ ਨਹੀਂ ਬਣਦੀ। ਸਤਿ ਸ਼੍ਰੀ ਅਕਾਲ ਜੀ ਵੀਰੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਤੇਜੀ, ਹੋਰ ਕਿਵੇਂ ਚੱਲਦਾ ਤੇਰਾ ਕੰਮ ਕਾਰ? ਸੂਤਾ ਬਾ ਵਧੀਆ ਚੱਲੀ ਜਾਂਦਾ ਵੀਰੇ, ਕਰਾਈ ਜਾਂਦਾ ਇੱਧਰ ਉੱਧਰ ਸੌਦੇ, ਬਾਕੀ ਤੁਹਾਡੇ ਵਰਗੇ ਭਾਈਆਂ ਦਾ ਆਸਰਾ ਆ। ਚੱਲ ਵਧੀਆ, ਆ ਜਾਓ ਵੀਰੇ, ਪਹਿਲਾਂ ਚਾਹ ਪਾਣੀ ਪੀਂਦਾ ਮੈਂ ਕਹਿੰਦਾ। ਉਹ ਨਾ ਨਾ, ਚਾਹ ਪਾਣੀ ਫਿਰ ਪੀਵਾਂਗੇ, ਪਹਿਲਾਂ ਜਿਹੜਾ ਕੰਮ ਕਰਨਾ ਆ ਆਪਾਂ ਉਹ ਕਰ ਲਈਏ। ਚੱਲ ਵੀਰੇ ਮੈਂ ਬਾਈ ਨੂੰ ਬੁਲਾ ਲਿਆ, ਤੁਸੀਂ ਕਰੋ ਗੱਡੀ ਪਸੰਦ। ਹਾਂ ਬੁਲਾ ਲਿਆ ਬੁਲਾ ਲਿਆ। ਦੇਖ ਬਾਈ ਹਰਜੀਤ ਗੱਡੀ। ਹਾਂ ਤੇ ਜੀ ਦੱਸ ਫਿਰ ਕੀ ਮੰਗਦੇ ਆ ਇਸਦਾ? ਉਹ ਵੀਰੇ ਆ ਜਾਓ, ਪਹਿਲਾਂ ਆਪਾਂ ਚਾਹ ਪਾਣੀ ਪੀਂਦੇ ਹਾਂ, ਫਿਰ ਕਰਾਂਗੇ ਇਹ ਗੱਲਾਂ ਬੈਠ ਕੇ। ਉਹ ਚਾਹ ਪਾਣੀ ਫਿਰ ਪੀ ਲਾਂਗੇ, ਪਹਿਲਾਂ ਜਿਹੜਾ ਕੰਮ ਕਰਨਾ ਆ ਉਹ ਨਿਬੇੜ ਲਈਏ। ਦੱਸ ਤੂੰ ਕੀ ਮੰਗਦੇ ਇਸਦਾ? ਵੀਰੇ ਮੰਗਦੇ ਤਾਂ 19 ਲੱਖ ਰੁਪਇਆ ਨੇ, ਆਪਾਂ 18.5 ਲੱਖ ਤੱਕ ਗੱਡੀ ਦਵਾ ਦਾਂਗੇ। 18.5 ਲੱਖ ਪੱਕਾ? ਹਾਂਜੀ ਵੀਰੇ ਪੱਕਾ। ਚੱਲ ਠੀਕ ਆ, ਫਿਰ ਬੁਲਾ ਬੰਦੇ ਨੂੰ। ਮੈਂ ਬੁਲਾਉਂਦਾ ਵੀਰੇ, ਬੈਠੋ ਤੁਸੀਂ। ਆ ਜਾ ਹਰਜੀਤ, ਟਾਇਰ ਟੂਰ ਦੇਖੀ ਓਏ।
ਬਾਈ ਤੁਸੀਂ ਇੱਥੇ ਬੈਠੇ ਹੋ, ਪਾਰਟੀ ਤੁਹਾਨੂੰ ਬਾਹਰ ਡਿੱਕੀ ਜਾਂਦੀ ਆ। ਉਹ ਉਹਨਾਂ ਨੂੰ ਕਹਿੰਦੇ ਯਾਰ ਵੀ ਸਲਾਹ ਬਦਲ ਗਈ, ਹੁਣ ਨਹੀਂ ਵੇਚਣਾ ਹੈਗਾ। ਕਿਉਂ ਬਾਈ, ਤੁਹਾਡਾ ਦਿਮਾਗ ਖਰਾਬ ਹੋ ਗਿਆ? ਕਿਉਂ ਸਲਾਹ ਬਦਲ ਗਈ? ਤੇਜੀ, ਆਹ ਬੰਦਿਆਂ ਨੂੰ ਨਹੀਂ ਵੇਚਣਾ, ਮੇਰੀ ਬੇਇੱਜ਼ਤੀ ਆ ਯਾਰ, ਤੂੰ ਸਮਝਣ ਦੀ ਕੋਸ਼ਿਸ਼ ਕਰ। ਕਿਉਂ, ਕੀ ਹੋਇਆ ਬਾਈ? ਤੁਸੀਂ ਬੰਦੇ ਨੂੰ ਜਾਣਦੇ ਹੋ। ਉਹ ਯਾਰ ਮੈਂ ਤੈਨੂੰ ਬਾਅਦ ਦੇ ਵਿੱਚ ਦੱਸਦਾ, ਤੂੰ ਐਵੇਂ ਕਰ, ਇਹਨਾਂ ਨੂੰ ਕੋਈ ਬਹਾਨਾ ਲਾ ਦੇ। ਬਾਈ ਤੁਸੀਂ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ, ਅੱਗੇ ਤੋਂ ਨਾ ਮੈਨੂੰ ਕੋਈ ਕੰਮ ਕਿਹੋ। ਸਹੀ ਆ ਜੱਗੀ, ਸੋਰੀ ਵੀਰੇ ਯਾਰ, ਇੱਕ ਪ੍ਰੋਬਲਮ ਆ ਗਈ ਬਾਈ। ਬੰਦੇ ਦੀ ਸਲਾਹ ਬਦਲ ਗਈ, ਕਹਿੰਦਾ ਗੱਡੀ ਸੇਲ ਨਹੀਂ ਕਰਨੀ। ਅੱਛਾ, ਆ ਤਾਂ ਯਾਰ ਕੋਈ ਬੰਦੇ ਵਾਲੀ ਗੱਲ ਨਹੀਂ ਹੋਈ। ਚੱਲ ਕੋਈ ਨਹੀਂ ਹਰਜੀਤ, ਕੀ ਪਤਾ ਅਗਲੇ ਨੂੰ ਪੈਸਿਆਂ ਦੀ ਲੋੜ ਹੋਵੇ ਅਤੇ ਹੁਣ ਉਸਦਾ ਸਰ ਗਿਆ ਹੋਵੇ, ਨਾਲੇ ਅਗਲੇ ਦੀ ਚੀਜ਼ ਆ, ਵੇਚੇ ਚਾਹੇ ਰੱਖੇ। ਹਾਂਜੀ ਵੀਰੇ, ਸੋਰੀ ਇਸ ਕੰਮ ਲਈ ਯਾਰ। ਕੋਈ ਨਹੀਂ ਕੋਈ ਨਹੀਂ ਤੇਜੀ, ਫਿਰ ਮਿਲਦੇ ਆਪਾਂ। ਚੰਗਾ ਵੀਰੇ ਯਾਰ। ਹਾਂ ਦੱਸੋ ਬਾਈ, ਤੁਸੀਂ ਕਿਵੇਂ ਜਾਣਦੇ ਹੋ ਜੱਗੀ ਬਾਈ ਨੂੰ? ਬਾਈ, ਇਹ ਉਹੀ ਬੰਦਾ ਜਿਸ ਦੀ ਗੱਲ ਮੈਂ ਉਸ ਦਿਨ ਆਪਣੇ ਕਾਲੇ ਡਰਾਈਵਰ ਕੋਲ ਕਰਦਾ ਸੀ। ਇਹਨੂੰ ਇਹ ਕਿਹਾ ਸੀ ਮੈਨੇ ਕਿ ਜ਼ਮੀਨਾਂ ਵੇਚ ਕੇ ਟਰਾਲੇ ਤਾਂ ਪੈ ਜਾਂਦੇ ਨੇ, ਪਰ ਟਰਾਲਿਆਂ ਸਿਰ ਤੋਂ ਜ਼ਮੀਨ ਨਹੀਂ ਬਣਦੀ। ਡੈਡੀ ਜੀ ਦੀ ਉਹੀ ਜ਼ਮੀਨ ਆ ਜਿਹੜੀ ਤੁਸੀਂ ਔਖੇ ਟਾਈਮ ਚ ਵੇਚੀ ਸੀ। ਹਾਂ, ਆ ਉਹੀ ਤਾਂ ਮੋਟਰ ਆ ਜਿੱਥੇ ਮੈਂ ਬਾਪੂ ਨਾਲ ਨਹਾਇਆ ਕਰਦਾ ਸੀ। ਆਹ ਦਰਖਤ ਸਾਰੇ ਇਹ ਬਾਪੂ ਨੇ ਆਪਣੇ ਹੱਥੀਂ ਲਾਏ ਹੋਏ ਨੇ। ਆ ਮੰਜਾ ਵੀ ਤਾਂ ਉਹੀ ਆ, ਇਸੇ 'ਤੇ ਤਾਂ ਬੈਠਿਆ ਕਰਦਾ ਸੀ ਬਾਪੂ। ਮੈਂ ਦੱਸ ਨਹੀਂ ਸਕਦਾ ਅੱਜ ਮੈਂ ਕਿੰਨਾ ਖੁਸ਼ ਹਾਂ। ਇੱਦਾਂ ਲੱਗਦਾ ਜਿਵੇਂ ਸਾਰੀ ਜ਼ਿੰਦਗੀ ਦਾ ਸਕੂਨ ਅੱਜ ਹੀ ਮਿਲ ਗਿਆ ਹੋਵੇ। ਆਓ ਜੀ, ਕਿਵੇਂ ਆਣੇ ਹੋਏ? ਕੀ ਹਾਲ ਹੈ ਵੀਰੇ? ਵਧੀਆ ਵਧੀਆ ਤੇਜੀ, ਕੀ ਹਾਲ ਹੈ ਹਰਜੀਤ? ਵਧੀਆ ਵੀਰੇ, ਵਧੀਆ। ਹੋਰ ਫਿਰ ਕਿਵੇਂ ਆਣੇ ਹੋਏ? ਬਾਈ, ਇਹ ਤਾਂ ਇਹ ਦੱਸਣ ਲਈ ਆਇਆ ਆਪਾਂ ਨੂੰ, ਜਿਹੜਾ ਆਪਾਂ ਨੇ ਟਰਾਲਾ ਨਹੀਂ ਲੈਣਾ ਸੀ ਬੰਦੇ ਤੋਂ 2 ਸਾਲ ਪਹਿਲਾਂ ਇੱਕ। ਅੱਛਾ, ਉਹ ਬੰਦੇ ਦਾ ਬਾਈ ਕੰਮ ਜਮੀ ਭਾਂਡੇ 'ਚ ਪੜ ਗਿਆ। ਇਨਕਮ ਟੈਕਸ ਦੀ ਰੇਟ ਪੈ ਗਈ ਉਹਦੇ ਪਰ, ਕਾਫੀ ਜੁਰਮਾਨਾ ਪਾ ਤਾ। ਅਤੇ ਉਹਦੇ ਕੋਲ ਨਾ ਜਿਹੜੇ 3 ਟਰਾਲੇ ਰਹਿ ਗਏ ਉਹ ਵੀ ਵੇਚ ਰਿਹਾ ਬਾਈ ਉਹ। ਅੱਛਾ, ਸਹੀ ਗੱਲ ਆ ਬਾਈ, ਬਹੁਤ ਮਾੜਾ ਹਾਲ ਆ ਉਸ ਬੰਦੇ ਦਾ। ਇੰਨੀ ਛੇਤੀ ਤਾਂ ਉਹਦੇ ਵਿਚਾਰੇ ਦੇ ਟਰਾਲੇ ਵੀ ਨਹੀਂ ਵਿਕਣੇ। ਤੁਸੀਂ ਉਹ ਖਰੀਦ ਲਓ ਬਾਈ, ਉਸੇ ਨੇ ਭੇਜਿਆ ਮੈਨੂੰ ਤੁਹਾਡੇ ਕੋਲ। ਬਾਈ ਮੈਨੂੰ ਸੌਦਾ ਤਾਂ ਇਹ ਫਾਇਦੇ ਦਾ ਹੀ ਲੱਗਦਾ, ਆਪਾਂ ਦੇਖ ਲੈਂਦੇ ਹਾਂ ਯਾਰ। ਦੇਖ ਲਓ, ਕਰ ਲਓ ਵੀਰੇ ਸਲਾਹ, ਤੁਸੀਂ ਗੁੰਜਾਇਸ਼ 'ਚ ਵੀ ਹੋ। ਕੱਲ੍ਹ ਦਾ ਰੱਖ ਲੈਂਦੇ ਫਿਰ। ਹਾਂ ਵੀਰੇ, ਰੱਖ ਲੈਂਦੇ ਹਾਂ। ਪੁੱਛ ਲਈ ਫਿਰ ਤੂੰ ਗੱਲ ਕਰ ਲਈ। ਕੀ ਹਾਲ ਨੇ ਜੱਗੀ ਵੀਰੇ? ਵਧੀਆ ਵਧੀਆ ਤੇਜੀ, ਤੂੰ ਦੱਸ? ਹੋਰ ਠੀਕ ਠਾਕ। ਹੋਰ ਬਾਈ ਤੇਜੀ, ਕੀ ਹਾਲ ਹੈ ਹਰਜੀਤ ਬਾਈ? ਠੀਕ ਆ। ਤੁਸੀਂ ਚਾਹ ਠੰਡਾ ਦੱਸੋ ਪਹਿਲਾਂ। ਉਹ ਚਾਹ ਠੰਡੇ ਨੂੰ ਛੱਡ, ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਆਇਆ ਉਹ ਕਰ ਲਈਏ। ਹਾਂ ਹਾਂ ਬਾਈ, ਆਹ 3 ਗੱਡੀਆਂ ਖੜੀਆਂ ਨੇ, ਤੁਸੀਂ ਮਾਰੋ ਨੀਗਾ। ਮੈਂ ਬਾਈ ਨੂੰ ਬੁਲਾ ਲਿਆ ਮੰਦਰੋਂ। ਹਾਂ ਹਾਂ, ਬੁਲਾ ਲਿਆ। ਚੱਲ ਜਾਓ, ਮਾਰੋ। ਆਈਏ ਨਾ 3 ਟਰਾਲੇ। ਹਾਂ ਹਾਂ। ਬਾਡੀ ਬੁੱਡੀ ਵੀ ਸਾਫ਼ ਆ ਹੈ ਨਾ, ਰੰਗ ਪੇਂਟ ਵੀ ਠੀਕ ਆ, ਚੌਖੜਾ ਵੀ ਠੀਕ, ਪਿੱਛੇ ਵਾਲੇ ਵੀ ਟਾਇਰ ਵਧੀਆ ਹੈ ਯਾਰ, ਕੋਈ ਅੱਡੇ ਮਾੜੇ ਨਹੀਂ ਹੈ ਨਾ। ਜੰਮੂ ਕਸ਼ਮੀਰ ਦਾ ਨੰਬਰ ਆ ਗਿਆ। ਹਾਂ, ਉੱਧਰ ਚਲੀ ਗਿਆ, ਸੇਬਾਂ 'ਚ ਚਲੀ ਗਿਆ। ਇਹ ਇੱਧਰ ਗੱਡੀ ਜ਼ਿਆਦਾ ਵਧੀਆ ਠੀਕ ਆ ਬਾਈ, ਉਹ ਗੱਡੀ ਦਾ ਪ੍ਰਭਾਵ ਜ਼ਿਆਦਾ ਜਿਹੜੇ ਸੱਤ ਮੂਹਰੇ ਹੈ ਨਾ, ਜਿਹੜੀ ਫਰੰਟ 'ਤੇ ਆ। ਹਾਂ, ਕਿੰਨੇ 'ਚ ਬਣੂ ਤੇਰੇ ਹਿਸਾਬ ਨਾਲ ਸੌਦਾ? ਤਿੰਨਾਂ ਦਾ ਬਾਨਾ ਚਾਹੀਦਾ ਯਾਰ, 50 ਦੇ ਗੇੜ।
ਤਾਂ ਬਾਈ ਉਹੀ ਨੇ ਯਾਰ ਉਹ ਤੂੰ ਚੱਲ ਹਰਜੀਤ ਉਹ ਜੱਗੀ ਬਾਈ ਇੱਦਾਂ ਨਾ ਕਰੋ ਯਾਰ ਮੈਨੂੰ ਮਾਫ਼ ਕਰ ਦਿਓ ਬਾਈ ਮੈਨੂੰ ਪਤਾ ਯਾਰ ਤੁਸੀਂ ਮੇਰੇ ਨਾਲ ਗੁੱਸੇ ਹੋ ਮੈਂ ਯਾਰ ਇਸ ਟਾਈਮ ਯਾਰ ਬਹੁਤ ਵੱਡੀ ਮੁਸੀਬਤ 'ਚ ਹੈ ਵੀਰੇ ਤੁਸੀਂ ਇਹ ਮੈਨੂੰ ਕੱਢ ਸਕਦੇ ਹੋ ਬਾਈ ਉਸ ਮੁਸੀਬਤ 'ਚੋਂ ਯਾਰ ਉਹ ਨਾ ਬਾਈ ਰਹਿਣ ਦੇ ਮੈਂ ਤਾਂ ਸਗੋਂ ਤੈਨੂੰ ਮੁਸੀਬਤ 'ਚ ਪਾਊਂਗਾ ਉਹੀ ਆ ਨਾ ਤੂੰ ਜਿਹੜਾ ਕਹਿੰਦਾ ਸੀ ਜ਼ਮੀਨ ਵੇਚ ਕੇ ਟਰਾਲੇ ਤਾਂ ਪੈ ਜਾਂਦੇ ਨੇ ਪਰ ਟਰਾਲਿਆਂ ਨਾਲ ਜ਼ਮੀਨ ਨਹੀਂ ਬਣਦੀ ਪੁੱਤ ਜਿਸ ਬੰਦੇ 'ਚ ਦਮ ਹੁੰਦਾ ਨਾ ਕੁਛ ਕਰਨ ਦਾ ਉਹ ਆਪਣੀ ਮਿਹਨਤ ਨਾਲ ਜ਼ਮੀਨ ਤਾਂ ਕੀ ਕੁਛ ਵੀ ਪਾ ਸਕਦਾ ਆ ਜੇ ਤੇਰੇ 'ਤੇ ਅੱਜ ਕੰਗਾਲੀ ਆਈ ਆ ਨਾ ਤਾਂ ਇਸ ਦੀ ਵਜ੍ਹਾ ਤੇਰੀ ਖੁਦ ਦੀ ਜ਼ਬਾਨ ਆ ਜਿਹੋ ਜਿਹਾ ਸਲੂਕ ਤੂੰ ਆਪਣੇ ਡਰਾਈਵਰਾਂ ਨਾਲ ਕਰਦਾ ਸੀ ਨਾ ਅੱਜ ਉਸ ਤੋਂ ਕਿਤੇ ਮਾੜਾ ਸਲੂਕ ਤੇਰੇ ਨਾਲ ਉਸ ਰੱਬ ਨੇ ਕੀਤਾ ਆ ਡਰਾਈਵਰ ਬੰਦੇ ਇੱਜ਼ਤ ਦੇ ਭੁੱਖੇ ਹੁੰਦੇ ਆ ਨਾ ਕਿ ਪੈਸੇ ਦੇ ਉਹ ਨਾਲੇ ਉਹਨਾਂ ਦੇ ਕੀ ਰੋਬ ਦਿਖਾਉਣਾ ਤੂੰ ਜਿਹੜੇ ਤੈਨੂੰ ਕਮਾ ਕੇ ਦਿੰਦੇ ਨੇ ਆ ਤਾਂ ਰੱਬ ਦੀ ਤੇਰੇ ਮੂੰਹ ਦੇ ਉੱਪਰ ਚਪੇੜ ਆ ਜੋ 7 ਸਾਲਾਂ ਵਿੱਚ ਤੇਰੀ ਬਰਬਾਦੀ ਹੋ ਗਈ ਜੱਗੀ ਬਾਈ ਮੈਨੂੰ ਪਤਾ ਯਾਰ ਮੈਨੇ ਬਹੁਤ ਗਲਤੀਆਂ ਕੀਤੀਆਂ ਨੇ ਅਤੇ ਮੈਨੂੰ ਅਹਿਸਾਸ ਵੀ ਆਪਣੀ ਗਲਤੀਆਂ ਦਾ ਵੀਰ ਬਣ ਕੇ ਯਾਰ ਮੇਰੇ ਟਰਾਲੇ ਖਰੀਦ ਲਾ ਬਾਈ ਬਹੁਤ ਐਮਰਜੈਂਸੀ ਆ ਮੈਂ ਹੱਥ ਬੰਨਦਾ ਤੇਰੇ ਅੱਗੇ ਬਾਈ ਧੰਨਵਾਦ ਬਾਈ ਜੱਗੀ ਤੁਹਾਡਾ ਦਿਲ ਯਾਰ ਬਹੁਤ ਵੱਡਾ ਬਾਈ ਬਾਈ ਮੈਨੂੰ ਮਾਫ ਕਰ ਦਿਓ ਯਾਰ ਉਹ ਨਹੀਂ ਬਾਈ ਅੱਜ ਕਾਰ 'ਚ ਨਹੀਂ ਅੱਜ ਟਰਾਲੇ 'ਤੇ ਹੀ ਚੱਲਦੇ ਹਾਂ ਸਹੀ ਗੱਲ ਆ ਬਾਈ ਟਰਾਲੇ 'ਤੇ ਚੱਲਦੇ ਹਾਂ ਲੈ ਬਾਈ ਤੇਜੀ ਕਾਰ ਲੈ ਅਸੀਂ ਲੈ ਕੇ ਆਉਣਾ ਟਰਾਲਾ ਚੰਗਾ ਵੀਰੇ ਓ ਰੱਬ ਸੁੱਖ ਰੱਖੇ ਡਾਲੇ ਤੇ ਲਖਾਇਆ ਏ ਸਾਡੀ ਮਿਹਨਤ ਨੂੰ ਫਲ ਰੱਬ ਲਾਇਆ ਏ ਓ ਰੱਬ ਸੁੱਖ ਰੱਖੇ ਡਾਲੇ ਤੇ ਲਖਾਇਆ ਏ ਸਾਡੀ ਮਿਹਨਤ ਨੂੰ ਫਲ ਰੱਬ ਲਾਇਆ ਏ ਦੇਖ ਰੋੜਾਂ ਤੇ ਟਰਾਲਾ ਜਾਵੇ ਮੇਲਦਾ ਓ ਦੇਖ ਰੋੜਾਂ ਤੇ ਟਰਾਲਾ ਜਾਵੇ ਮੇਲਦਾ ਨੀ ਕੱਢਦਾ ਏ ਲੰਬ ਬੱਲੀਏ ਨਾਰ ਗੱਡੀ ਜਾਵਾਂ ਰੱਖਣੇ ਸ਼ਿੰਗਾਰ ਕੇ ਡਰਾਈਵਰਾਂ ਦੇ ਕੰਮ ਬੱਲੀਏ ਓ ਨਾਰ ਗੱਡੀ ਜਾਵਾਂ ਰੱਖਣੇ ਸ਼ਿੰਗਾਰ ਕੇ ਡਰਾਈਵਰਾਂ ਦੇ ਕੰਮ ਬੱਲੀਏ ਉਸ ਮਾਲਕ ਨੇ ਰੰਗ ਦੇਖ ਲਾਏ ਨੇ ਤਾਂ ਹੀ ਸੋਹਣੀਏ ਟਰਾਲੇ ਅਸੀਂ ਪਾਏ ਨੇ ਬਹੁਤੇ ਆਖਦੇ ਸੀ ਕੁਝ ਵੀ ਨੀ ਬਣਨਾ 25 ਕਿੱਲੇ ਜਿੱਟੀ ਰੋਡ ਤੇ ਬਣਾਏ ਨੇ ਬਹੁਤੇ ਆਖਦੇ ਸੀ ਕੁਝ ਵੀ ਨੀ ਬਣਨਾ 25 ਕਿੱਲੇ ਜਿੱਟੀ ਰੋਡ ਤੇ ਬਣਾਏ ਨੇ ਉਹ ਬੰਬੇ ਉਹ ਗੁਹਾਟੀ ਤੱਕ ਖਿੱਚੀ ਰੋੜੇ ਆਉਂਦੇ ਲੈਂਦੇ ਆ ਪੰਜਾਬ ਆ ਕੇ ਦਮ ਬੱਲੀਏ ਹਲੇ ਆ ਵੀ ਜੱਗੀ ਹਾਂਜੀ ਮੈਂ ਸੁਣਿਆ ਅੱਜ ਕੱਲ੍ਹ ਤੇਰਾ ਸਮਗਲਿੰਗ ਦਾ ਧੰਦਾ ਬਹੁਤ ਚੱਲਦਾ ਸਮਗਲਿੰਗ ਕਰ ਚੈੱਕ ਕਰ ਗੱਡੀ ਓਏ ਉਹ ਥਾਣੇਦਾਰ ਸਾਹਿਬ ਕਾਹਦੀ ਤਲਾਸ਼ੀ ਗੱਡੀਆਂ ਤਾਂ ਅਸੀਂ ਹੁਣ ਲੈ ਕੇ ਆਏ ਹਾਂ ਇਹ ਤਾਂ ਵੈਸੇ ਵੀ ਖਾਲੀ ਨੇ ਤਿੰਨੇ ਕੋਈ ਨਹੀਂ ਸਾਡਾ ਤਾਂ ਫਰਜ਼ ਆ ਚੈੱਕ ਕਰਨਾ ਖਾਲੀ ਹੋਇਆ ਚੱਲ ਜਿਓ ਸਾਹਿਬ ਜੀ ਇਹ ਭੁੱਕੀ ਦੀਆਂ ਬੋਰੀਆਂ ਰੱਖੀ ਫਿਰ ਨਹੀਂ ਆ ਤੁਸੀਂ ਤਾਂ ਕਹਿੰਦੇ ਸੀ ਗੱਡੀ ਖਾਲੀ ਆ ਆ ਗੱਡੀ ਦੇ ਵਿੱਚ ਭੁੱਕੀ ਭੂਆ ਰੱਖ ਗਈ ਜਾਂ ਫਿਰ ਫੁੱਫੜ ਭੁੱਕੀ ਦੀਆਂ ਬੋਰੀਆਂ ਉਹ ਚੱਲ ਬਾਈ ਦੇਖੀ ਆ ਜਾ ਵੱਡਾ ਸਮਗਲਰ ਆ ਨਾਲੇ ਇਹਨਾਂ ਦੇ 3 ਗੱਡੇ ਠਾਣੇ ਲਾਓ
हाँ जी, सत श्री अकाल जी। किदां दी लगी थोनू साडी इह वीडियो, कमेंट्स च जरूर दस्यो। उम्मीद करदा थोनू इह वधिया लगी होगी। ड्राइवर यार वीडियो दी काफ़ी टाइम तो उड़ीक सीगी सबनू, सानू भी सीगी। सो फाइनली ये पार्ट हुण आ चुके है, इसनू ज़्यादा तो ज़्यादा शेयर करियो। तो इसका नैक्सट पार्ट थोनू कैनेडा की ट्रकिंग लाइफ भी दिखावांगे असीं। जो भी नैक्सट पार्ट आया तो असीं उसनू प्लैन किया है कि कैनेडा दे विच शूट करना है। सो वो पार्ट भी थोनू बहुत वधिया लगेगा। तो इस एपीसोड नू ज़्यादा तो ज़्यादा प्यार दिओ, ज़्यादा तो ज़्यादा शेयर करो अपने फ्रेंड्स नाल, खास करके ड्राइवर यार वीरां नाल, तां कि यह वीडियो ज़्यादा तो ज़्यादा शेयर हो सके। तो कॉइन डी सी एक्स बहुत वधिया ऐप आ, उसनू हुणे इंस्टॉल कर लो। लिंक डिस्क्रिप्शन दे विच दिता होया आ। उस ऐप ते तुसी आसानी दे नाल क्रिप्टो ट्रेडिंग कर सकते हो। तो ज़्यादा तो ज़्यादा प्यार बनाई रखो, अपने चैनल नू सबसक्राइब जरूर कर लो जिहड़े भी नवे आए ने। तो इंस्टाग्राम ते अपने पेज नू इत्थे फॉलो जरूर कर लो, उत्थे तुहानू हर एक तरह के अपडेट्स मिलते हैं। नैक्सट वीडियो जिहड़ी आ रही आ उह विआह दे उत्ते आ, बहुत इंट्रस्टिंग स्टोरी आ, तुहानू बहुत वधिया लगेगी। बहुत जल्दी लेके आ रहे हैं तुहाडे वास्ते, कोशिश कर रहे हैं इसे जिहड़ा हुण नैक्सट फ्राइडे आऊगा उसे नू प्लैन कर लिए उसनू। तो वीडियोज़ बहुत सोहनिया सोहनिया आ रही ने, प्यार बनाई रखो। तो हुण तुहानू एक होर चीज़ नवी देखण नू मिल रही होगी कि असीं हर एक वीडियो जो भी एपीसोड बना रहे हैं उसके एक्सकलूसिव सोंग भी थोड़े वास्ते लेके आ रहे हैं। सोंग्स वधिया वधिया थोड़े लिए प्रोड्यूस कर रहे हैं। सो उन्होंने भी ज़्यादा तो ज़्यादा सुनया करो। हुण ट्रकिंग ते भी एक सोंग आया सीगा, जिन्होंने सुनया नहीं हैगा उन्हें जरूर सुन लियो। सत श्री अकाल जी। शेयर करो, लाइक करो, तो कमेंटा च तक पा दो। सत श्री अकाल। नार गड्डी जावा रख ले शिंगार के ड्राइवर।